ਸਵਾਗਤ ਹੈ ਸਾਰਿਆਂ ਦਾ ਜੱਟਾਂ ਦੇ ਟਰੈਕਟਰ ਚੈਨਲ ਵਿੱਚ ਸਭ ਤੋਂ ਪਹਿਲਾਂ ਆਪਣਾ ਚੈਨਲ ਜੱਟਾਂ ਦੇ ਟਰੈਕਟਰ ਸਬਸਕ੍ਰਾਈਬ ਕਰ ਲਵੋ ਤੇ ਨਾਲ ਹੀ ਘੰਟੀ ਦੇ ਬਟਨ ਤੇ ਟੱਚ ਕਰਦੇ ਹੋ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦਾ ਰਹੇ ਜੇਕਰ ਤੁਸੀਂ ਆਪਣੀ ਵੀਡੀਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਲਾਈਕ ਤੇ ਫੋਲੋ ਕਰ ਲਵੋ ਤਾਂ ਕਿ ਆਉਣ ਵਾਲੀਆਂ ਡੇਲੀ ਵੀ ਕਾ ਮਸ਼ੀਨਰੀਆਂ ਦੀ ਵੀਡੀਓ ਤੁਸੀਂ ਹਰ ਰੋਜ਼ ਦੇਖ ਸਕੋ ਹੁਣ ਗੱਲ ਕਰਦੇ ਆਂ ਵੀਡੀਓ ਦੀ ਸਭ ਤੋਂ ਪਹਿਲਾਂ ਆਪਣਾ ਹੈਲਪਲਾਈਨ ਨੰਬਰ ਕਰੋ ਨੋਟ ਅਨੀਚੇ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਜੇਕਰ ਤੁਸੀਂ ਕੋਈ ਵੀ ਮਸ਼ੀਨਰੀ ਸੇਲ ਕਰਨੀ ਹੁੰਦੀ ਹੈ ਜਿਵੇਂ ਟਰੈਕਟਰ ਟਰਾਲੀ ਕਾਰ ਜੀਪ ਹਲ ਤਵੀਆਂ ਤਾਂ ਉਸ ਮਸ਼ੀਨਰੀ ਦੀਆਂ ਚਾਰ ਪੰਜ ਫੋਟੋਆਂ ਨਾਲ ਹੀ ਤੁਸੀਂ ਦੀ ਲੋੜੀ ਦੀ ਜਾਣਕਾਰੀ ਜਿਵੇਂ ਉਸ ਦਾ ਰੇਟ ਏਰੀਆ ਮਾਡਲ ਤੇ ਟਾਇਰ ਕਿੰਨੇ ਪੈਸੇ ਹੁੰਦੇ ਆ ਇਹ ਸਾਰੀ ਜਾਣਕਾਰੀ ਸਾਨੂੰ ਸਾਡੇ ਇਸ ਨੰਬਰ ਤੇ ਭੇਜ ਕੇ ਆਪਣੀ ਐਡ ਸਾਡੇ YouTube ਚੈਨਲ ਤੇ ਕਰਵਾ ਸਕਦੇ ਆਂ ਬਿਲਕੁਲ ਫ੍ਰੀ ਦੇ ਵਿੱਚ ਐਡ ਕੀਤੀ ਜਾਂਦੀ ਹੈ ਕੋਈ ਕਮਿਸ਼ਨ ਨਹੀਂ ਆਪਣਾ ਦਿੱਲੀ ਤਰ੍ਹਾਂ ਸੇਲ ਦੇ ਵਿੱਚ ਛੇ ਚੀਜ਼ਾਂ ਨੇ ਆਪਣੇ ਕੋਲ 11x6 ਫੁੱਟੀ ਸਿੰਗਲ ਟੈਰੀ ਟਰਾਲੀ ਹੈ 16 ਤਵੀਆਂ ਲੈਂਡ ਫੋਰਸ ਕੰਪਨੀ ਦਾ 8 ਫੁੱਟਾ ਸੁਪਰ ਸੀਡਰ ਹੈ 15x7 ਫੁੱਟੀ ਡਬਲ ਜੈਕ ਵਾਲੀ ਟਰਾਲੀ ਹੈ ਨਿਊ ਹਾਲੈਂਡ ਦੇ 363 ਸਪੈਸ਼ਲ ਐਡੀਸ਼ਨ ਟਰੈਕਟਰ ਹੈ ਤੇ 11 ਹਾਲਾ ਸਭ ਤੋਂ ਪਹਿਲਾਂ ਗੱਲ ਕਰਦੇ ਆ 11x6 ਫੁੱਟੀ ਟਰਾਲੀ ਦੀ 2024 ਮਾਡਲ ਬਿਲਕੁਲ ਨਵੀਂ ਟਰਾਲੀ ਹੈ ਤੇ ਟਰਾਲੀ ਦਾ ਜੋ ਏਰੀਆ ਹੈ ਉਹ ਮਾਨਸਾ ਏਰੀਆ ਜਿੱਥੇ ਟਰਾਲੀ ਵਿਕਾਊ ਹੈ ਕੰਡੀਸ਼ਨ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣੇ ਤਰੀਕੇ ਨਾਲ ਟਰਾਲੀ ਨੂੰ ਤਿਆਰ ਕੀਤਾ ਗਿਆ ਹੈ ਸਿੰਗਲ ਟੈਰੀ ਹੈਗੀ ਬਾਕੀ ਲੈਫਟ ਪੰਪ ਲੱਗਿਆ ਹੋਇਆ ਹੈ ਸਾਰੀ ਐਸੈਸਰੀ ਲੱਗੀ ਹੋਈ ਹੈਗੀ 2 ਫੁੱਟ ਟਰਾਲੀ ਦੀ ਬਾਡੀ ਹੈ ਤੇ 3 ਫੁੱਟਾ ਵਿੱਡ ਲੱਗਿਆ ਹੋਇਆ ਹੈ ਜਾਲੀ ਵਾਲਾ ਵਿੱਡ ਹੈਗਾ ਹੜੰਬੇ ਵਾਲੀ ਜਾਲੀ ਲੱਗੀ ਹੋਈ ਹੈ ਜਿਸ ਨੂੰ ਆਪਾਂ ਮੋਟੀ ਜਾਲੀ ਬੋਲ ਦਿੰਦੇ ਆ ਬਾਕੀ ਕੋਈ ਵੀ ਕਮੀ ਪੇਸ਼ੀ ਨਹੀਂ ਜਿਸ ਦੀ ਫਰਸ਼ ਲੱਗਿਆ ਹੋਇਆ ਹੈਗਾ ਵਧੀਆ ਹੈਵੀ ਕੁਆਲਿਟੀ ਦੀ ਬਣੀ ਹੋਈ ਹੈ ਟਰਾਲੀ ਦਾ ਜੋ weight ਹੈ ਉਹ ਹੈ 190 ਕਿਉਂਟ ਵਾਲਾ ਤੇ ਮਾਲਕਾਂ ਨੇ ਇਸ ਟਰਾਲੀ ਦੀ ਜੋ ਡਿਮਾਂਡ ਰੱਖੀ ਹੈ ਉਹ ਰੱਖੀ ਹੈ 1,80,000 ਰੁਪਏ ਬਾਕੀ ਮੌਕੇ ਤੇ ਲੈਸ ਹੋ ਜਾਊਗਾ ਤੇ ਨੰਬਰ ਵੀਰਾਂ ਦਾ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਇਹ ਨੰਬਰ ਉਹਨਾਂ ਦਾ ਕੰਟੈਕਟ ਨੰਬਰ ਹੈ ਤੁਸੀਂ ਮਾਲਕਾਂ ਨਾਲ ਫੋਨ ਤੇ ਗੱਲਬਾਤ ਕਰਕੇ ਇਹ ਟਰਾਲੀ ਉਹਨਾਂ ਤੋਂ ਖਰੀਦ ਸਕਦੇ ਹੋ ਹੁਣ ਗੱਲ ਕਰਦੇ ਆ 15x7 ਫੁੱਟੀ ਡਬਲ ਜੈਕ ਵਾਲੀ ਟਰਾਲੀ ਦੀ ਟਰਾਲੀ ਦਾ ਜੋ ਏਰੀਆ ਹੈ ਉਹ ਅੰਬਾਲਾ ਏਰੀਆ ਹੈ ਜਿੱਥੇ ਟਰਾਲੀ ਵਿਕਾਊ ਹੈ ਕੰਡੀਸ਼ਨ ਦੇਖ ਸਕਦੇ ਹੋ ਟਰਾਲੀ ਦੀ ਡਬਲ ਟੈਰੀ ਟਰਾਲੀ ਹੈ ਡੀ ਲਕਸ ਮਾਡਲ ਹੈ ਸਾਰੀ ਐਸੈਸਰੀ ਲੱਗੀ ਹੋਈ ਹੈਗੀ ਟਰਾਲੀ ਦਾ ਜੋ weight ਹੈ ਉਹ ਹੈ 32 ਕੁਆਂਟਲ ਤੇ ਟਰਾਲੀ ਦੇ ਜੋ ਟਾਇਰ ਨੇ 75 ਪੈਸੇ ਟਰਾਲੀ ਦੇ ਟਾਇਰ ਲੱਗੇ ਹੋਏ ਆ ਚਾਰੇ ਟਾਇਰਾਂ ਦੀ ਇੱਕੋ ਜੀ ਕੰਡੀਸ਼ਨ ਹੈ ਵੇਚ ਤੱਕ ਸਾਫ਼ ਸੁਥਰੇ オリジナル ਪੱਕੇ ਟਾਇਰ ਨੇਗੇ ਬਾਕੀ ਡਬਲ ਜੈਕ ਲੱਗਿਆ ਹੋਇਆ ਹੈ 5 ਇੰਚੀ ਐਕਸਲ ਹੈ ਤੇ 10 ਇੰਚੀ ਚਾਸੀ ਲੱਗੀ ਹੋਈ ਹੈ ਟਰਾਲੀ 2 ਫੁੱਟ ਵਾਡੀ ਹੈ ਤੇ 2.5 ਫੁੱਟ ਬਿੱਡ ਲੱਗਿਆ ਹੋਇਆ ਹੈ ਜਾਲੀ ਵਾਲਾ ਵਿੱਡਾ ਹੈ ਹੜੰਬੇ ਵਾਲੀ ਮੋਟੀ ਜਾਲੀ ਲੱਗੀ ਹੋਈ ਹੈਗੀ ਤੇ ਖੱਬੀ ਸਾਈਡ ਤੇ ਮੰਜਲ ਗਿਆ ਹੋਇਆ ਹੈ ਨਾਲ ਹੀ ਮੱਛੀ ਹੁੱਕ ਲੱਗੀ ਹੋਈ ਹੈ ਕੋਈ ਕਮੀ ਪੇਸ਼ ਨਹੀਂ ਟਰਾਲੀ ਦੇ ਵਿੱਚ ਬਿਲਕੁਲ ਹੀ ਨਵੀਂ ਟਰਾਲੀ ਹੈ ਤੇ ਮਾਲਕਾਂ ਨੇ ਟਰਾਲੀ ਦੀ ਜੋ ਡਿਮਾਂਡ ਰੱਖੀ ਹੈ ਉਹ ਰੱਖੀ ਹੈ 295000 ਰੁਪਏ ਬਾਕੀ ਮੌਕੇ ਤੇ ਲੈਸ ਹੋ ਜਾਊਗਾ ਤੇ ਨੰਬਰ ਵੀਰਾਂ ਦਾ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਹ ਨੰਬਰ ਉਹਨਾਂ ਦਾ ਕੰਟੈਕਟ ਨੰਬਰ ਹੈ ਤੁਸੀਂ ਮਾਲਕਾਂ ਨਾਲ ਫੋਨ ਤੇ ਗੱਲਬਾਤ ਕਰਕੇ ਇਹ ਟਰਾਲੀ ਉਹਨਾਂ ਤੋਂ ਖਰੀਦ ਸਕਦੇ ਹੋ ਹੁਣ ਗੱਲ ਕਰਦੇ ਹਾਂ ਲੈਂਡਫੋਰਸ ਕੰਪਨੀ ਦੇ 8 ਫੁੱਟੇ ਸੁਪਰਸੀਡਰ ਦੀ 2022 ਮਾਡਲ ਸੁਪਰਸੀਡਰ ਹੈ ਤੇ ਇਸ ਦਾ ਜੋ ਏਰੀਆ ਹੈ ਉਹ ਸੰਗਰੂਰ ਏਰੀਆ ਹੈ ਜਿੱਥੇ ਸੁਪਰਸੀਡਰ ਵਿਕਾਊ ਹੈ ਕੰਡੀਸ਼ਨ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਸੋਹਣੀ ਕੰਡੀਸ਼ਨ ਦੇ ਵਿੱਚ ਸੁਪਰਸੀਡਰ ਖੜਾ ਹੈ ਸਾਰਾ ਨਾਲ ਦਾ オリジナル ਪੇਂਟ ਹੈ ਵਧੀਆ ਕੰਡੀਸ਼ਨ ਦੇ ਵਿੱਚ ਪੇਂਟ ਪਿਆ ਹੈ ਕਿਤੋਂ ਵੀ ਪੇਂਟ ਖਰਾਬ ਨਹੀਂ ਹੋਇਆ ਨਾ ਹੀ ਕਿਤੇ ਕੋਈ ਡੈਮੇਜ ਹੈ ਨਾ ਹੀ ਕਿਤੇ ਜੰਗ ਲੱਗੀ ਹੋਈ ਹੈ ਬਾਕੀ ਬਿਲਕੁਲ ਹੀ ਨਵੇਂ ਬਲੇਡ ਲੱਗੇ ਹੋਏ ਨੇ ਬਲੇਡਾਂ ਦੀਆਂ ਫੋਟੋਆਂ ਦੇਖ ਸਕਦੇ ਹੋ ਤੁਸੀਂ ਸਾਰੇ ਮਾਰ ਕੇ ਵਗੈਰਾ ਨਾਲ ਦੇ ਲੱਗੇ ਹੋਏ ਨੇ ਸੁਪਰਸੀਡਰ ਦੇ ਵਧੀਆ ਸ਼ੁੱਧ ਸੁਪਰਸੀਡਰ ਹੈ ਵਧੀਆ ਚੱਲਦਾ ਹੈ ਹੈਵੀ ਕੁਆਲਿਟੀ ਦਾ ਬਣਿਆ ਹੋਇਆ ਹੈ ਡਿਸਕਾਂ ਵਾਲਾ ਸੁਪਰਸੀਡਰ ਹੈਗਾ ਸੁਪਰਸੀਡਰ ਲੈਂਡਸ 'ਤੇ ਤੁਸੀਂ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਤੇ ਮਾਲਕਾਂ ਨੇ ਇਸ ਦੀ ਜੋ ਡਿਮਾਂਡ ਰੱਖੀ ਹੈ ਉਹ ਰੱਖੀ ਹੈ 1,68,000 ਰੁਪਏ ਬਾਕੀ ਮੌਕੇ ਤੇ ਲੈਸ ਹੋ ਜਾਊਗਾ ਤੇ ਨੰਬਰ ਵੀਰਾਂ ਦਾ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਇਹ ਨੰਬਰ ਉਹਨਾਂ ਦਾ ਕੰਟੈਕਟ ਨੰਬਰ ਹੈ ਤੁਸੀਂ ਮਾਲਕਾਂ ਨਾਲ ਫੋਨ ਤੇ ਗੱਲਬਾਤ ਕਰਕੇ ਇਹ ਸੁਪਰ ਸੀ ਡਰੋਨਾਂ ਤੋਂ ਖਰੀਦ ਸਕਦੇ ਹੋ ਹੁਣ ਗੱਲ ਕਰਦੇ ਹਾਂ 16 ਤਵੀਆਂ ਦੀ ਜਿਨ੍ਹਾਂ ਨੂੰ ਆਪਾਂ ਹੈਰੋਂ ਵੀ ਬੋਲ ਦਿੰਨੇ ਆ ਤਵੀਆਂ ਦਾ ਜੋ ਏਰੀਆ ਹੈ ਉਹ ਮਲੇਰਕੋਟਲਾ ਏਰੀਆ ਹੈ ਪਿੰਡ ਮਲੋਦ ਜਿੱਥੇ ਤਵੀਆਂ ਵੀ ਕਾਉ ਨੇ ਹਿੱਸੇ ਵਾਲੀਆਂ ਤਵੀਆਂ ਨੇਗੀਆਂ ਕੰਡੀਸ਼ਨ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਸੋਹਣੀ ਕੰਡੀਸ਼ਨ ਦੇ ਵਿੱਚ ਤਵੀਆਂ ਖੜੀਆਂ ਨੇਗੀਆਂ 4 ਇੰਚੀ ਫਰੇਮ ਹੈਗਾ ਵਧੀਆ ਕੁਆਲਿਟੀ ਦਾ ਫਰੇਮ ਲੱਗਿਆ ਹੋਇਆ ਹੈਗਾ ਹੈਵੀ ਕੁਆਲਿਟੀ ਹੈਗੀ ਆਖੇ ਕੋਈ ਵੀ ਕਮੀ ਪੇਸ਼ੀ ਨਹੀਂ ਵਧੀਆ ਕੰਡੀਸ਼ਨ ਦੇ ਵਿੱਚ ਤਵੇ ਪਏ ਆ ਸ਼ੁੱਧ ਤਵੀਆਂ ਨੇ ਵਧੀਆ ਚੱਲਦੀਆਂ ਕੋਈ ਵੀ ਕਮੀ ਪੇਸ਼ੀ ਨਹੀਂ ਤੇ ਮਾਲਕਾਂ ਨੇ ਇਹਨਾਂ ਤਵੀਆਂ ਦੀ ਜੋ ਡਿਮਾਂਡ ਰੱਖੀ ਹੈ ਉਹ ਰੱਖੀ ਹੈ 50000 ਰੁਪਏ ਬਾਕੀ ਮੌਕੇ ਤੇ ਲੈਸ ਹੋ ਜੂਗਾ ਤੇ ਨੰਬਰ ਵੀਰਾਂ ਦਾ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਹ ਨੰਬਰ ਉਹਨਾਂ ਦਾ ਕੰਟੈਕਟ ਨੰਬਰ ਹੈ ਤੁਸੀਂ ਮਾਲਕਾਂ ਨਾਲ ਫੋਨ ਤੇ ਗੱਲਬਾਤ ਕਰਕੇ ਇਹ ਤਵੀਆਂ ਉਹਨਾਂ ਤੋਂ ਖਰੀਦ ਸਕਦੇ ਹਾਂ ਹੁਣ ਗੱਲ ਕਰਦੇ ਹਾਂ 11 ਹਲਾਂ ਦੀ ਜਿਨ੍ਹਾਂ ਨੂੰ ਆਪਾਂ ਕਲਟੀਵੇਟਰ ਬੋਲ ਦਿੰਨੇ ਆ ਹਲਾਂ ਦਾ ਜੋ ਏਰੀਆ ਹੈ ਉਹ ਆਸਾਨ ਏਰੀਆ ਹੈਗਾ ਜੋ ਕਿ ਹਰਿਆਣੇ ਦੇ ਵਿੱਚ ਪੈ ਜਾਂਦਾ ਹੈ ਕੰਡੀਸ਼ਨ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਸੋਹਣੀ ਕੰਡੀਸ਼ਨ ਦੇ ਵਿੱਚ ਹਲ ਖੜੇ ਨੇਗੇ ਬਿਲਕੁਲ ਹੀ ਨਵੇਂ ਹਾਲਾ ਵਧੀਆ ਹੈਵੀ ਕੁਆਲਟੀ ਦੇ ਬਣੇ ਹੋਏ ਆ ਹਲਾਂ ਦਾ ਜੋ weight ਹੈਗਾ ਉਹ ਹੈ 2 ਕਿੰਟਾ ਦਾ ਬਾਕੀ ਬਿਲਕੁਲ ਹੀ ਨਵੇਂ ਫਾਲੇ ਨੇਗੇ ਕੋਈ ਕਮੀ ਪੇਸ਼ ਨਹੀਂ ਹਾਲਾਂ ਦੇ ਵਿੱਚ ਮਾਲਕਾਂ ਨੇ ਹਲਾਂ ਦੀ ਜੋ ਡਿਮਾਂਡ ਰੱਖੀ ਹੈ ਉਹ ਰੱਖੀ ਹੈ 26500 ਰੁਪਏ ਬਾਕੀ ਮੌਕੇ ਤੇ ਲੈਸ ਹੋ ਜਾਊਗਾ ਤੇ ਨੰਬਰ ਵੀਰਾਂ ਦਾ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਹ ਨੰਬਰ ਉਹਨਾਂ ਦਾ ਕੰਟੈਕਟ ਨੰਬਰ ਹੈ ਤੁਸੀਂ ਮਾਲਕਾਂ ਨਾਲ ਫੋਨ ਤੇ ਗੱਲਬਾਤ ਕਰਕੇ ਇਹ ਹਾਲ ਉਹਨਾਂ ਤੋਂ ਖਰੀਦ ਸਕਦੇ ਆ। ਹੁਣ ਗੱਲ ਕਰਦੇ ਆ ਨਿਊ ਹੋਲੈਂਡ 3630 ਸਪੈਸ਼ਲ ਐਡੀਸ਼ਨ ਟਰੈਕਟਰ ਦੀ 2017 ਮਾਡਲ ਟਰੈਕਟਰ ਹੈ ਤੇ ਇਸ ਦਾ ਜੋ ਏਰੀਆ ਹੈ ਉਹ ਸੰਗਰੂਰ ਏਰੀਆ ਹੈ ਜਿੱਥੇ ਟਰੈਕਟਰ ਵਿਕਾਊ ਹੈ ਕੰਡੀਸ਼ਨ ਦੇਖ ਸਕਦੇ ਤੁਸੀਂ ਬਹੁਤ ਹੀ ਸੋਹਣੀ ਕੰਡੀਸ਼ਨ ਦੇ ਵਿੱਚ ਟਰੈਕਟਰ ਖੜਾ ਹੈ ਸਾਰਾ 올 ओरिजिनल ਹੈ ਬਾਡੀ ਚਾਸਿਸ ਲਿੰਕਾਂ ਦਾ ਪੇਂਟ ਨਾਲ ਦਾ ਹੈ ਕਿਤੇ ਵੀ ਦੁਬਾਰਾ ਪੇਂਟ ਨਹੀਂ ਹੋਇਆ ਸਾਫ ਸੁਥਰਾ ਇਕਦਮ ਸ਼ਾਈਨਿੰਗ ਦੇ ਵਿੱਚ ਪੇਂਟ ਪਿਆ ਹੈ ਟਰੈਕਟਰ ਦੇ ਜੋ ਟਾਇਰ ਨੇ ਬਿਲਕੁਲ ਹੀ ਨਵੇਂ ਟਾਇਰ ਲੱਗੇ ਹੋਏ ਐ ਚਾਰੇ ਟਾਇਰਾਂ ਦੀ ਸੇਮ ਕੰਡੀਸ਼ਨ ਹੈਗੀ ਚਾਰੇ ਟਾਇਰ ਹੀ ਮਾਲਕਾਂ ਨੇ ਬਿਲਕੁਲ ਨਵੇਂ ਲਗਵਾਏ ਹੋਏ ਹੈਗੇ 1650 ਘੰਟੇ ਟਰੈਕਟਰ ਚੱਲਿਆ ਹੋਇਆ ਹੈ ਬਿਲਕੁਲ オリジナル ਚੱਲਿਆ ਹੈ ਮੀਟਰ ਨਾਲ ਕੋਈ ਸ਼ੇਡ ਸ਼ਾੜ ਨਹੀਂ ਗਈ ਟਰੈਕਟਰ ਫਸਟ ਓਨਰ ਦੇ ਨਾਮ ਹੈ ਸਿਰਫ ਇੱਕ ਹੱਥ ਹੀ ਚੱਲਿਆ ਹੋਇਆ ਹੈ ਯੂਜੀ ਗੇਅਰ ਬਾਕਸ ਵਾਲਾ ਟਰੈਕਟਰ ਹੈ ਟਰੈਕਟਰ ਡਬਲ ਕਲਚ ਪਾਵਰ ਬ੍ਰੇਕ ਪਾਵਰ ਸਟੀering ਸਾਈਡ ਗੇਅਰ ਤੇ ਡਬਲ ਪੀਟੀਓ ਨਾਲ ਹੈ 3 ਸਪੀਡ ਡਾਇਰੈਕਟਰ ਹੈ ਜੋ ਕਿ ABC ਗੀਅਰ ਦੇ ਵਿੱਚ ਆਉਂਦਾ ਹੈ। ਕਨੋਪੀ ਲੱਗੀ ਹੋਈ ਹੈਗੀ ਕੋਈ ਕਮੀ ਪੇਸ਼ ਨਹੀਂ ਟਰੈਕਟਰ ਦੇ ਵਿੱਚ ਮਾਲਕਾਂ ਨੇ ਟਰੈਕਟਰ ਦੀ ਜੋ ਡਿਮਾਂਡ ਰੱਖੀ ਹੈ ਉਹ ਰੱਖੀ ਹੈ 5,75,000 ਰੁਪਏ ਬਾਕੀ ਮੌਕੇ ਤੇ ਲੈਸ ਹੋ ਜਾਊਗਾ ਤੇ ਨੰਬਰ ਵੀਰਾਂ ਦਾ ਸਕਰੀਨ ਤੇ ਸ਼ੋ ਹੋ ਰਿਹਾ ਹੈ। ਇਹ ਨੰਬਰ ਉਹਨਾਂ ਦਾ ਕੰਟੈਕਟ ਨੰਬਰ ਹੈ। ਤੁਸੀਂ ਮਾਲਕਾਂ ਨਾਲ ਫੋਨ ਤੇ ਗੱਲਬਾਤ ਕਰਕੇ ਇਹ ਟਰੈਕਟਰ ਉਹਨਾਂ ਤੋਂ ਖਰੀਦ ਸਕਦੇ ਹੋ। ਜਿੰਨੇ ਵੀ ਵੀਰ ਆਪਣੀ ਵੀਡੀਓ ਨੂੰ ਦੇਖਦੇ ਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਤੇ ਇੱਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਵੀਡੀਓ ਕਿਦਾਂ ਦੀ ਲੱਗੀ ਜੇ ਵੀਡੀਓ ਦੇ ਵਿੱਚ ਤੁਹਾਨੂੰ ਕੋਈ ਕਮੀ-ਬੇਸੀ ਲੱਗਦੀ ਹੈ ਸਾਨੂੰ ਕਮੈਂਟ ਕਰਕੇ ਉਹ ਜਰੂਰ ਦੱਸਦਿਆ ਕਰੋ ਤਾਂ ਕਿ ਆਪਾਂ ਅਗਲੀ ਵੀਡੀਓ ਤੇ ਵਿੱਚ ਸੁਧਾਰ ਕਰ ਸਕੀਏ ਤੇ ਤੁਹਾਡੀ ਲਈ ਕੁ ਵਧੀਆ ਵੀਡੀਓ ਲੈ ਕੇ ਆ ਸਕੀਏ ਤੇ ਕਿ ਜਿੰਨਾ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਆਪਾਂ ਡੇਲੀ ਸ਼ੇਮ ਸ਼ਿੰਦਰੀਆਂ ਦੀ ਇੱਕ ਵੀਡੀਓ ਲੈ ਕੇ ਆਉਂਦੇ ਆ ਜਿਸ ਨੂੰ ਤੁਸੀਂ ਯਾਰ ਰੋਇ ਦੇਖ ਸਕੋ ਤੇ ਮੈਸਨਾ ਕਰ ਸਕੋ ਇਸੀ ਤਰ੍ਹਾਂ ਜਿਹੜੋ ਆਪਣੇ ਚੱਲਦੇ ਨਾਲ ਧੰਨਵਾਦ ਸਾਰੇ ਵੀਰਾਂ ਦਾ ਵੀਡੀਓ ਨੂੰ ਪੂਰੀ ਦੇਖਣ ਦੇ ਲਈ ਕੱਲ ਨੂੰ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਲੈ ਕੇ